ਸਤਿ ਸ਼੍ਰੀ ਅਕਾਲ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਵਿਜ਼ਨ ਸਵੇਰਾ ਦੇ ਵਿੱਚ। ਮੈਂ ਮਨਦੀਪ ਸਰਾ ਤੁਹਾਡਾ ਸਾਥ ਦਿੰਦੀ ਹਾਂ ਇਸ ਪ੍ਰੋਗਰਾਮ ਦੇ ਵਿੱਚ, ਅਤੇ ਮੇਰੇ ਨਾਲ ਨੇ ਰਵੀ ਸੰਗਰਾਹੂਰ ਜੀ। ਸੋਹਣੀ ਜਿਹੀ ਖੂਬਸੂਰਤ ਸਵੇਰ ਦੇ ਵਿੱਚ ਹੱਸਦੇ ਮੁਸਕਰਾਉਂਦੇ ਚਿਹਰਿਆਂ ਦੇ ਨਾਲ ਆਪ ਸਭ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ, ਬਹੁਤ ਸਾਰੀਆਂ ਬਾਤਾਂ। ਜਿਸ ਤਰ੍ਹਾਂ ਹਰ ਰੋਜ਼ ਆਪਾਂ ਜੁੜਦੇ ਹਾਂ ਇਸ ਖੂਬਸੂਰਤ ਸਫ਼ਰ ਦੇ ਵਿੱਚ, ਉਸੇ ਤਰ੍ਹਾਂ ਅੱਜ ਵੀ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ। ਸੋ ਹਰ ਦਿਨ ਮੌਸਮ ਦਾ ਜੋ ਤਬਦੀਲੀਆਂ ਅਸੀਂ ਵੇਖਦੇ ਆਉਂਦੇ ਹਾਂ, ਦਿਨ ਬਰ ਦਿਨ ਮੌਸਮ ਬਦਲਦਾ ਹੈ। ਔਰ ਦੇਖਿਆ ਜਾਵੇ ਤਾਂ ਦਿਨ ਦੇ ਪੜਾਵਾਂ ਦੇ ਵਿੱਚ ਵੀ ਵੇਖੀਏ, ਸਵੇਰੇ ਮੌਸਮ ਬੜਾ ਠੰਡਾ ਖੂਬਸੂਰਤ ਹੁੰਦਾ, ਔਰ ਦੁਪਹਿਰੇ ਥੋੜ੍ਹੀ ਹੁਣ ਗਰਮੀ ਵੀ ਪੈਂਦੀ ਹੈਗੀ ਆ। ਔਰ ਦੁਪਹਿਰ ਦੇ ਟਾਈਮ ਰਵੀ ਦੇਖਿਆ ਜਾਵੇ ਤਾਂ ਕੋਈ ਵੀ ਇਨਸਾਨ ਅੱਜ ਦੇ ਟਾਈਮ ਬਾਹਰ ਨਿਕਲਣਾ ਪਸੰਦ ਨਹੀਂ ਕਰਦਾ। ਜੀ ਬਿਲਕੁਲ। ਜੇ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਬਠਿੰਡਾ ਸਭ ਤੋਂ ਗਰਮ ਤਾਪਮਾਨ ਮੰਨਿਆ ਗਿਆ, ਉੱਥੇ ਬਠਿੰਡਾ ਬਹੁਤ ਗਰਮ ਰਿਹਾ ਕੱਲ੍ਹ। ਅੱਛਾ। ਔਰ ਲੁਧਿਆਣੇ ਦੇ ਵਿੱਚ ਥੋੜ੍ਹੀ ਥੋੜ੍ਹੀ ਬਾਰਿਸ਼ ਹੋਈ ਆ, ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ, ਪਰ ਤਾਪਮਾਨ ਉੱਥੋਂ ਦਾ ਵੀ 44 ਡਿਗਰੀ ਪਲੱਸ ਦੇਖਣ ਨੂੰ ਮਿਲਿਆ। ਵੱਖ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਤਾਪਮਾਨ ਸੀ ਉਹ 45 ਡਿਗਰੀ ਤੋਂ ਪਲੱਸ ਦੇਖਣ ਨੂੰ ਮਿਲਿਆ। ਅਤੇ ਇਸ ਵਾਰੀ ਜਿਹੜੇ ਮੌਸਮੀ ਮਾਹਰ ਨੇ ਉਹਨਾਂ ਦਾ ਵੀ ਕਹਿਣਾ ਹੈ ਵੀ ਐਤਕੀ ਗਰਮੀ ਬੜੇ ਚਿੱਬ ਕੱਢਣ ਵਾਲੀ ਆ। ਬਿਲਕੁਲ ਰਵੀ, ਵੈਸੇ ਵੇਖਿਆ ਜਾਵੇ ਤਾਂ ਜਦੋਂ ਸਰਦੀ ਵੀ ਦੇਖੀ, ਪਿੱਛੇ ਆਪਾਂ ਦੇਖੀਏ ਝਾਤ ਮਾਰੀਏ ਤਾਂ ਸਰਦੀ ਬੜੇ ਟਾਈਮ ਪਈ ਹੈਗੀ ਆ, ਔਰ ਬਹੁਤ ਜ਼ਿਆਦਾ ਜਦੋਂ ਸਰਦੀ ਪੈਂਦੀ ਹੈ ਔਰ ਇੱਕਦਮ ਜਦੋਂ ਗਰਮੀ ਪੈਣ ਲੱਗਦੀ ਹੈ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ। ਜਿਹੜੀਆਂ ਇਹ ਮੌਸਮੀ ਤਬਦੀਲੀਆਂ ਸਾਨੂੰ ਥੋੜ੍ਹਾ ਜਿਹਾ ਚਿੰਤਿਤ ਕਰਦੀਆਂ ਹੈਗੀਆਂ ਗੀਆਂ, ਕਿਉਂਕਿ ਇੱਕ ਲਿਮਿਟ ਦੇ ਵਿੱਚ ਗਰਮੀ ਪੈਣਾ, ਲਿਮਿਟ ਦੇ ਵਿੱਚ ਸਰਦੀ ਪੈਣਾ ਉਹ ਠੀਕ ਹੈ, ਪਰ ਜਦੋਂ ਇੰਨੀ ਜ਼ਿਆਦਾ ਗਰਮੀ ਪੈਣ ਲੱਗ ਜਾਂਦੀ ਹੈ, ਸਾਡਾ ਜਿਹੜਾ ਹੈਗਾ ਮੌਸਮ ਇੱਕਦਮ ਤਬਦੀਲ ਹੋ ਜਾਂਦਾ, ਉਹ ਹੈਗਾ ਕਿ ਸਾਨੂੰ ਥੋੜ੍ਹਾ ਜਿਹਾ ਚਿੰਤਿਤ ਕਰ ਦਿੰਦੀਆਂ ਉਹ ਗੱਲਾਂ, ਕਿਉਂਕਿ ਜਿਸ ਤਰ੍ਹਾਂ ਦਾ ਸਾਡਾ ਅੱਜ ਦਾ ਟਾਈਮ ਦੇ ਵਿੱਚ ਵਾਤਾਵਰਨ ਦੀਆਂ ਸਥਿਤੀਆਂ ਚੱਲ ਰਹੀਆਂ ਨੇਗੀਆਂ, ਸਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਗਲੇਸ਼ੀਅਰ ਪਿਘਲ ਰਹੇ ਨੇ ਦਿਨ ਬਰ ਦਿਨ। ਬਿਲਕੁਲ ਬਿਲਕੁਲ ਬਿਲਕੁਲ। ਹਾਂ, ਅਤੇ ਇਸ ਦੇ ਨਾਲ ਹੁਣ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਦੁਪਹਿਰ ਦਾ ਟਾਈਮ ਦਾ ਮੌਸਮ ਗਰਮ ਹੁੰਦਾ, ਰਾਤ ਸ਼ਾਮ ਜੇ ਨੂੰ ਥੋੜ੍ਹਾ ਫਰਕ ਪੈ ਜਾਂਦਾ ਉਸਦਾ। ਹਾਂ, ਸ਼ਾਮ ਨੂੰ ਸਵੇਰੇ ਕੋਈ 8 ਵਜੇ ਤੱਕ ਤਾਂ ਠੀਕ ਰਹਿੰਦਾ, ਮੌਸਮ ਠੰਡਾ ਹੁੰਦਾ, ਹੈ ਨਾ, ਆਪਾਂ ਸਵੇਰੇ ਸਵੇਰੇ ਆਪਣੇ ਕੰਮ ਕਾਰ ਨਿਬੇੜ ਸਕਦੇ ਹੁੰਦੇ ਹਾਂ। ਪਰ ਜਿਹੜੀ ਇਹ ਮੌਸਮ ਦੀ ਤਬਦੀਲੀ ਦੀ ਗੱਲ ਕੀਤੀ ਹੈ ਮਨਦੀਪ ਤੁਸੀਂ, ਇਹ ਸਾਡਾ ਜਿਹੜਾ ਪੰਜਾਬ ਦਾ ਖਾਸ ਕਰਕੇ ਮੌਸਮ ਹੈ, ਜੇ ਆਪਾਂ ਹਿਮਾਚਲ ਨੂੰ ਛੱਡ ਲਈਏ ਤਾਂ ਪੰਜਾਬ ਦੀ ਗੱਲ ਕਰੀਏ, ਹਿਮਾਚਲ ਕਿਉਂਕਿ ਵਾਦੀਆਂ ਦਾ ਹੈਗਾ, ਉੱਥੇ ਪਹਾੜੀ ਇਲਾਕਾ, ਮੌਸਮ ਥੋੜ੍ਹਾ ਠੀਕ ਰਹਿੰਦਾ, ਠੰਡਾ ਰਹਿੰਦਾ, ਤਾਂ ਇੱਧਰ ਆਪਣਾ ਸਮਤਲ ਏਰੀਆ ਹੈ ਤਾਂ ਇਹ ਫਸਲਾਂ ਵਾਸਤੇ ਕਾਫੀ ਲਾਹੇਵੰਦ ਹੁੰਦਾ ਆਪਣਾ ਇੱਧਰਲਾ ਮੌਸਮ, ਜਿਹੜੀਆਂ ਫਸਲਾਂ ਨੂੰ ਵੱਖ ਵੱਖ ਮੌਸਮ ਦੀ ਲੋੜ ਹੁੰਦੀ ਹੈ। ਇੱਕ ਜੇ ਠੰਡੇ ਮੌਸਮ ਦੇ ਵਿੱਚ ਕਿਹੜੀਆਂ ਫਸਲਾਂ ਤਿਆਰ ਹੋਣੀਆਂ, ਔਰ ਗਰਮੀ ਦੇ ਵਿੱਚ ਜਿਹੜੀਆਂ ਫਸਲਾਂ ਤਿਆਰ ਹੋਣੀਆਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਖੁਰਾਕ ਹੈ ਉਹ ਉਸੇ ਮੌਸਮ ਦੇ ਅਕੋਰਡਿੰਗ ਹੀ ਮਿਲਣੀ ਹੈ। ਪਰ ਲੋਕਾਂ ਦੇ ਲਈ ਕਿਤੇ ਨਾ ਕਿਤੇ ਜ਼ਰੂਰ ਚਿੰਤਾ ਦਾ ਵਿਸ਼ਾ ਹੈ, ਆਮ ਜਨਤਾ ਦੇ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜਿਸ ਤਰ੍ਹਾਂ ਗਰਮੀ ਵੱਧ ਰਹੀ ਹੈ ਔਰ ਲੂ ਵੱਧ ਰਹੀ ਹੈ, ਇਹਦੇ ਨਾਲ ਬਿਮਾਰੀਆਂ ਕਾਫੀ ਵੱਧਦੀਆਂ, ਇਹਨਾਂ ਤੋਂ ਬਚਾਅ ਕਰਨ ਦੀ ਕਾਫੀ ਜ਼ਰੂਰਤ ਰਹਿੰਦੀ ਹੈ। ਬਿਲਕੁਲ, ਜਿਹੜੇ ਲੋਕ ਹੱਥੀਂ ਕਿਰਤ ਕਰਦੇ ਨੇ ਉਹਨਾਂ ਲਈ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ ਗਰਮੀਆਂ ਦੇ ਵਿੱਚ, ਕਿਉਂਕਿ ਦਿਨ ਭਰ ਜਿਸ ਤਰ੍ਹਾਂ ਕਿਸਾਨਾਂ ਦੀ ਗੱਲ ਕਰੀਏ ਪਸੀਨਾ ਵਹਾਉਣਾ ਹੁੰਦਾ, ਔਰ ਖੇਤੀ ਦੇ ਕੰਮ ਜਿਹੜੇ ਹੈਗੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਿੰਨੇ ਕਠਿਨ ਹੁੰਦੇ ਹੈਗੇ, ਪਰ ਫਿਰ ਵੀ ਇਸਦੇ ਬਾਵਜੂਦ ਵੀ ਕਹਿੰਦੇ ਆ ਕਿ ਦੁਨੀਆ ਦਾ ਜਿਹੜਾ ਅੰਨਦਾਤਾ ਉਹ ਆਪਣੀ ਕਿਰਤ ਦੇ ਵਿੱਚ ਰੁੱਝਿਆ ਰਹਿੰਦਾ, ਲੱਗਿਆ ਰਹਿੰਦਾ, ਮੌਸਮੀ ਤਬਦੀਲੀਆਂ ਦਾ ਸਾਹਮਣਾ ਵੀ ਉਸਨੂੰ ਕਰਨਾ ਹੀ ਪੈਂਦਾ ਹਰ ਹਾਲਤ ਦੇ ਵਿੱਚ। ਸੋ ਦਰਸ਼ਕੋ, ਇਹ ਸਨ ਸਾਡੇ ਅੱਜ ਦੇ ਤੁਹਾਡੇ ਨਾਲ ਗੱਲਾਂ ਬਾਤਾਂ ਮੌਸਮ ਦੇ ਸੰਬੰਧ ਦੇ ਵਿੱਚ। ਔਰ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਇੱਕ ਵਿਚਾਰ ਵੀ ਤੁਹਾਡੇ ਰੂਬਰੂ ਕਰਦੇ ਹਾਂ, ਇੱਕ ਵਿਚਾਰ ਨਜ਼ਰ ਕਰਦੇ ਹਾਂ ਤੁਹਾਡੀ, ਅੱਜ ਦਾ ਜਿਹੜਾ ਅਸੀਂ ਵਿਚਾਰ ਰਵੀ ਆਪਾਂ ਜਿਹੜਾ ਸਾਂਝਾ ਕਰਨਾ ਦਰਸ਼ਕਾਂ ਨਾਲ, ਕਹਿੰਦੇ ਕਿ ਮੂਰਖ ਵਿਅਕਤੀ ਦੀ ਤਾਰੀਫ ਦੇ ਨਾਲੋਂ ਜੀ ਬੁੱਧੀਮਾਨ ਵਿਅਕਤੀ ਦੀ ਝਿੜਕ ਜ਼ਿਆਦਾ ਚੰਗੀ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ। ਜੇ ਅਸੀਂ ਮੂਰਖ ਵਿਅਕਤੀ ਦੀ ਤਾਰੀਫ ਝੂਠੀ ਤਾਰੀਫ ਕਰਦੇ ਰਹਾਂਗੇ, ਉਹਨੇ ਇੱਕ ਕੰਮ ਤਾਂ ਵਿਗਾੜਿਆ ਹੀ ਆ, ਨਾਲ ਦੀ ਨਾਲ ਹੋਰ ਵੀ ਵਿਗਾੜੂਗਾ। ਤੇ ਜੇ ਕਿਸੇ ਸਿਆਣੇ ਬੰਦੇ ਨੇ ਸਾਨੂੰ ਕਿਸੇ ਕੰਮ ਤੋਂ ਰੋਕਤਾ ਟੋਕਤਾ ਉਹਨੇ ਝਿੜਕ ਦੇਤੀ ਤਾਂ ਸਾਡੇ ਲਈ ਭਵਿੱਖ ਲਈ ਕਾਫੀ ਚੰਗੀ ਹੁੰਦੀ ਆ। ਬਿਲਕੁਲ, ਜਿੱਦਾਂ ਆਪਾਂ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਇਹ ਖਿਆਲ ਨਹੀਂ ਰਹਿੰਦਾ ਹੁੰਦਾ ਆਪਣੇ ਸਾਹਮਣੇ ਵਾਲਾ ਬੰਦਾ ਜਿਹੜਾ ਵੀ ਹੁੰਦਾ ਆਪਣੀ ਕਿਸੇ ਕੰਮ ਦੀ ਤਾਰੀਫ ਕਰਦਾ, ਜਦੋਂ ਕਿ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਕੰਮ ਆਪਾਂ ਸਹੀ ਕੀਤਾ ਜਾਂ ਗਲਤ ਕੀਤਾ, ਆਪਣੀ ਤਾਰੀਫ ਕਰਨ ਲੱਗ ਜਾਂਦਾ। ਪਰ ਆਪਾਂ ਵੀ ਉਸਦੀ ਜੱਜਮੈਂਟ ਨਹੀਂ ਸਹੀ ਲਗਾ ਸਕਦੇ ਕਿ ਹਾਂ ਵਾਕਈ ਉਹਨੂੰ ਜੱਜਮੈਂਟ ਕਰਨੀ ਆਉਂਦੀ ਹੈ ਆਪਣੇ ਕੰਮ ਦੀ ਜਾਂ ਨਹੀਂ। ਬਿਲਕੁਲ, ਤੇ ਆਪਾਂ ਬੜੇ ਖੁਸ਼ ਹੋ ਜਾਂਦੇ ਹਾਂ ਕਈ ਵਾਰ ਕਿ ਹਾਂ ਇਸਨੇ ਮੇਰੀ ਤਾਰੀਫ ਕਰ ਦਿੱਤੀ ਹੈ, ਪਰ ਇਸਦੇ ਉਲਟ ਆਪਾਂ ਦੇਖੀਏ ਤਾਂ ਆਪਣੇ ਬਚਪਨ ਦੇ ਵਿੱਚ ਰਵੀ ਝਾਤ ਮਾਰੀਏ ਤਾਂ
ਜਦੋਂ ਆਪਾਂ ਨੂੰ ਕੋਈ ਵੀ ਇਸ ਤਰ੍ਹਾਂ ਆਪਣੇ ਅਧਿਆਪਕ ਝਿੜਕ ਦਿੰਦੇ ਸੀਗੇ ਜਾਂ ਕਿਸੇ ਟੈਸਟ ਦੇ ਵਿੱਚੋਂ ਆਪਣੇ ਨੰਬਰ ਘੱਟ ਆਉਂਦੇ ਸੀ ਤਾਂ ਕਰਕੇ ਆਪਾਂ ਨੂੰ ਕਈ ਵਾਰ ਤਾਂ ਵੀ ਮਾਰ ਕੁੱਟ ਵੀ ਖਾਣੀ ਪੈਂਦੀ ਸੀਗੀ ਤੇ ਉਦੋਂ ਸਾਨੂੰ ਮੁਰਗੇ ਵੀ ਬਣਨਾ ਪੈਂਦਾ ਸੀ ਮੁਰਗੇ ਵੀ ਬਣਨਾ ਪੈਂਦਾ ਸੀਗਾ ਤੇ ਉਦੋਂ ਬੜਾ ਗੁੱਸਾ ਆਉਂਦਾ ਹੁੰਦਾ ਸੀ ਵੀ ਹਾਂ ਇੱਦਾਂ ਕਰਕੇ ਆਪਾਂ ਨੂੰ ਕਿਉਂ ਝਿੜਕਿਆ ਕਿਉਂਕਿ ਆਪਾਂ ਨੂੰ ਇਨਸਲਟ ਫੀਲ ਹੁੰਦੀ ਹੁੰਦੀ ਸੀਗੀ ਦੂਸਰੇ ਬੱਚੇ ਸਾਹਮਣੇ ਪਰ ਜਦੋਂ ਜਿਉਂ ਜਿਉਂ ਅਸੀਂ ਉਮਰ ਦੇ ਪੜਾਅ ਲੰਘਦੇ ਜਾਂਦੇ ਹਾਂ ਅਸੀਂ ਅੱਗੇ ਵੱਧਦੇ ਹਾਂ ਆਪਣੇ ਜੀਵਨ ਦੇ ਵਿੱਚ ਅਸੀਂ ਉਦੋਂ ਸਾਨੂੰ ਅਹਿਸਾਸ ਹੁੰਦਾ ਕਿ ਹਾਂ ਉਸ ਸਮੇਂ ਜਿਹੜੀ ਉਹ ਝਿੜਕ ਸੀਗੀ ਉਹ ਸਾਡੇ ਕੰਮ ਦੀ ਸੀਗੀ ਬਿਲਕੁਲ ਬਿਲਕੁਲ ਉਸੇ ਨੇ ਉਹੀ ਜਿਹੜੀਆਂ ਝਿੜਕਾਂ ਸਾਡਾ ਭਵਿੱਖ ਬਣਾਉਂਦੀਆਂ ਉਹਨਾਂ ਝਿੜਕਾਂ ਦੀ ਬਦੌਲਤ ਹੀ ਅਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ 'ਚ ਸਮਝ ਆਉਂਦਾ ਔਰ ਸਾਡੇ ਲਈ ਲਾਹੇਵੰਦ ਹੀ ਹੁੰਦਾ ਤਾਂ ਉਹ ਜਿਹੜੀ ਤੁਸੀਂ ਸਕੂਲ ਦੀ ਗੱਲ ਕੀਤੀ ਆ ਬਿਲਕੁਲ ਠੀਕ ਹੈ ਕਿ ਉਦੋਂ ਸਾਨੂੰ ਉਹਨਾਂ ਸਮਿਆਂ ਦੇ ਵਿੱਚ ਮਨਦੀਪ ਕੁੱਟ ਪੈਂਦੀ ਵੀ ਸੀ ਟੀਚਰ ਕੁੱਟਦੇ ਵੀ ਸੀ ਔਰ ਮਾਪੇ ਵੀ ਕਿਤੇ ਨਾ ਕਿਤੇ ਜਾ ਕੇ ਇਹੀ ਕਹਿੰਦੇ ਸੀ ਕਿ ਜੇ ਸਾਡਾ ਬੱਚਾ ਕਮਜ਼ੋਰ ਹੈ ਤਾਂ ਇਹਨੂੰ ਝਿੜਕੋ ਇਹਨੂੰ ਕੁੱਟੋ ਪਰ ਸਾਡੇ ਬੱਚੇ ਨੂੰ ਪੜ੍ਹਾਓ ਪੜ੍ਹਾਓ ਉਹਨੂੰ ਪੜ੍ਹਨ ਲਈ ਅੱਗੇ ਤੋਰੋ ਪਰ ਅੱਜ ਕੱਲ੍ਹ ਦੀ ਜਿਹੜੇ ਹਾਲਾਤ ਅੱਜ ਕੱਲ੍ਹ ਦੇ ਤਾਂ ਸਭ ਨੂੰ ਪਤਾ ਹੀ ਹੈ ਕਿ ਉਲਟ ਹੋ ਗਏ ਉਹਨਾਂ ਵੇਲਿਆਂ ਦੇ ਵਿੱਚ ਤਾਂ ਮੋਟੇ ਮੋਟੇ ਡੰਡਿਆਂ ਨਾਲ ਕਾਫੀ ਕੁੱਟ ਪੈਂਦੀ ਰਹੀ ਹੈ ਸਾਡੇ ਵੀ ਪੈਂਦੀ ਰਹੀ ਹੈ ਔਰ ਨਾਲ ਦੀ ਨਾਲ ਬਾਹਰ ਮੁਰਗੇ ਬਣਾ ਕੇ ਖੜਾ ਲੈਂਦੇ ਸੀ ਬਾਹਾਂ ਉੱਪਰ ਕਰਾ ਦਿੰਦੇ ਸੀ ਕਾਫੀ ਤਰ੍ਹਾਂ ਦੀਆਂ ਪਰ ਉਹ ਚੀਜ਼ਾਂ ਅੱਜ ਸਾਨੂੰ ਮਹਿਸੂਸ ਹੁੰਦੀਆਂ ਕਿ ਜੇ ਸਾਡੇ ਨਾਲ ਉਹ ਵਰਤਾਰਾ ਉਸ ਸਮੇਂ ਨਾ ਹੋਇਆ ਹੁੰਦਾ ਤਾਂ ਸ਼ਾਇਦ ਜੋ ਅੱਜ ਅਸੀਂ ਹੈਗੇ ਹਾਂ ਉਹ ਨਾ ਹੁੰਦੇ ਬਿਲਕੁਲ ਜੇਕਰ ਗੱਲ ਕਰੀਏ ਤਾਂ ਰਵੀ ਮੇਰੇ ਹੁਣ ਯਾਦ ਆ ਗਿਆ ਕਿ ਫੱਟੀਆਂ ਆਪਾਂ ਜਿਹੜੇ ਪੋਚਦੇ ਹੁੰਦੇ ਸੀਗੇ ਤੇ ਕਲਮ ਨਾਲ ਫਿਰ ਲਿਖਦੇ ਹੁੰਦੇ ਸੀ ਕਿੰਨੀ ਜ਼ਿਆਦਾ ਉਹ ਹੁੰਦੀ ਸੀ ਨਾ ਤੇ ਮਤਲਬ ਕਿ ਉਦੋਂ ਹੁੰਦਾ ਸੀ ਕਿ ਹਾਂ ਜੇਕਰ ਇਹ ਕੰਮ ਨਾ ਕੀਤਾ ਤਾਂ ਮਾਸਟਰ ਨੇ ਝਿੜਕਣਾ ਗਾ ਬਿਲਕੁਲ ਠੀਕ ਉਦੋਂ ਮਤਲਬ ਇਹ ਟੀਚਰ ਸ਼ਬਦ ਵੀ ਨਹੀਂ ਮਾਸਟਰ ਕਹਿੰਦੇ ਮਾਸਟਰ ਨੇ ਝਿੜਕਣਾ ਗਾ ਹਾਂ ਹੈੱਡ ਮਾਸਟਰ ਭੈਣ ਜੀ ਤੇ ਥੋੜਾ ਜਿਹਾ ਸਮਾਂ ਉਹ ਮੈਂ ਵੀ ਵੇਖਿਆ ਹੋਇਆ ਤੇ ਤੁਸੀਂ ਮੇਰਾ ਖਿਆਲ ਜ਼ਿਆਦਾ ਵੇਖਿਆ ਹੋਣਾ ਨਹੀਂ ਮੈਂ ਬਜ਼ੁਰਗ ਇੰਨਾ ਨਹੀਂ ਹੈਗਾ ਆਪਾਂ ਮੇਲਾ ਦਾ ਇਕੱਠਿਆਂ ਜਿਹਾ ਨਹੀਂ ਦੇਖਿਆ ਹੋਊਗਾ ਉਹ ਵੇਲਾ ਮਤਲਬ ਪਰ ਜਿਹੜੇ ਉਹ ਵੇਲੇ ਸੀ ਕਾਫੀ ਚੰਗੇ ਹੁੰਦੇ ਸੀ ਇੱਕ ਦੂਜੇ ਤੋਂ ਦਵਾਤ ਲੈ ਕੇ ਜਾਂਦੇ ਸੀ ਉਹਨਾਂ ਵਿੱਚ ਸਿਆਹੀ ਹੁੰਦੀ ਸੀ ਤੇ ਮੰਗ ਕੇ ਟੋਭੇ ਲਾਉਂਦੇ ਹੁੰਦੇ ਸੀ ਇਹ ਤਾਂ ਮੈਨੂੰ ਯਾਰ ਅੱਜ ਤੋਂ 10 ਕੁ ਟੋਭੇ ਦੇ ਦੇ ਕੱਲ੍ਹ ਨੂੰ ਮੈਂ ਤੈਨੂੰ ਦੇ ਦੂੰ ਉਹ ਬੜਾ ਵਧੀਆ ਇੱਕ ਮਾਹੌਲ ਜਿਹਾ ਹੁੰਦਾ ਸੀ ਹਨਾ ਬੜਾ ਪਿਆਰਾ ਜਿਹਾ ਮਾਹੌਲ ਹੁੰਦਾ ਸੀਗਾ ਜਿਵੇਂ ਹੁਣ ਜੂਨ ਦੀਆਂ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਬੜਾ ਚਾਅ ਹੁੰਦਾ ਸੀ ਸਕੂਲਾਂ ਦੇ ਉਸੇ ਸਕੂਲ ਦੇ ਵਿੱਚ ਜਿਹੜੇ ਸਕੂਲ 'ਚ ਜਾਣ ਤੋਂ ਡਰਦੇ ਹੁੰਦੇ ਸੀ ਉਨਾ ਹੀ ਸਕੂਲਾਂ ਦੇ ਵਿੱਚ ਛੁੱਟੀਆਂ 'ਚ ਜਾ ਕੇ ਖੇਡਦੇ ਹੁੰਦੇ ਸੀ ਪੂਰਾ ਦਿਨ ਉਦੋਂ ਮਾਹੌਲ ਚੰਗੇ ਹੁੰਦੇ ਸੀ ਮਨਦੀਪ ਕੁੜੀਆਂ ਮੁੰਡੇ ਆਪਸ ਦੇ ਵਿੱਚ ਵਧੀਆ ਤਰੀਕੇ ਨਾਲ ਖੇਡ ਸਕਦੇ ਹੁੰਦੇ ਸੀ ਪਰ ਹੁਣ ਜਿਵੇਂ ਜਿਵੇਂ ਮਤਲਬ ਸਾਡਾ ਯੁੱਗ ਬਦਲਦਾ ਜਾਂਦਾ ਹੈ ਜਿਹੜਾ ਆਧੁਨਿਕ ਯੁੱਗ ਆ ਗਿਆ ਪਰ ਨਾਲ ਦੀ ਨਾਲ ਸਾਡੀ ਮਾਨਸਿਕਤਾ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਉਹ ਚੀਜ਼ਾਂ ਪਹਿਲਾਂ ਵਾਲੀਆਂ ਖਤਮ ਹੋ ਚੁੱਕੀਆਂ ਬਿਲਕੁਲ ਸੋ ਗੱਲ ਚੱਲਦੀ ਸੀ ਕਿ ਮੂਰਖ ਵਿਅਕਤੀ ਦੀ ਤਾਰੀਫ ਦੇ ਨਾਲੋਂ ਬੁੱਧੀਮਾਨ ਬੰਦੇ ਦੀ ਬੁੱਧੀਮਾਨ ਇਨਸਾਨ ਦੀ ਜਿਹੜੀ ਸਾਨੂੰ ਝਿੜਕ ਹੈ ਉਹ ਜ਼ਿਆਦਾ ਮਾਇਨੇ ਰੱਖਦੀ ਹੈ ਜ਼ਿੰਦਗੀ ਦੇ ਵਿੱਚ ਤਾਂ ਹੀ ਅਸੀਂ ਕੁਝ ਕਰ ਸਕਦੇ ਹਾਂ ਜੇਕਰ ਸਾਡੇ ਕੀਤੇ ਕੰਮਾਂ ਦੇ ਵਿੱਚ ਕੋਈ ਇਹ ਕਹਿੰਦਾ ਕਿ ਹਾਂ ਇੱਥੇ ਤੁਸੀਂ ਗਲਤ ਕੀਤਾ ਹੈ ਉਸ ਦਾ ਗੁੱਸਾ ਕਰਨ ਦੀ ਬਜਾਏ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਗੱਲ ਨੂੰ ਉਤਾਰੀਏ ਅੱਗੇ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਕਰੀਏ ਕੋਸ਼ਿਸ਼ ਕਰੀਏ ਕਿ ਹਮੇਸ਼ਾ ਸਕਾਰਾਤਮਕ ਸੋਚ ਰੱਖ ਕੇ ਹੀ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ ਸੋ ਦਰਸ਼ਕੋ ਇਹ ਸੀ ਸਾਡਾ ਅੱਜ ਦਾ ਵਿਚਾਰ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੋ ਅਗਲੇ ਪੜਾਅ ਦੇ ਵਿੱਚ ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵਿੱਚ ਜਿਸ ਤਰ੍ਹਾਂ ਅਸੀਂ ਸਿਹਤ ਸੰਬੰਧੀ ਜਾਣਕਾਰੀ ਸਾਡੇ ਡਾਕਟਰ ਮਾਹਿਰ ਡਾਕਟਰ ਤੁਹਾਡੇ ਨਾਲ ਸਾਂਝੀ ਕਰਦੇ ਨੇ ਅੱਜ ਜਿਹੜੀ ਡਾਕਟਰ ਜੋਤੀ ਕੰਬੋਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਲੜਕੀਆਂ ਦੇ ਵਿੱਚ ਹਾਰਮੋਨਲ ਚੇਂਜਸ ਦੇ ਸੰਬੰਧ ਦੇ ਵਿੱਚ ਆਉਣ ਵਾਲੀਆਂ ਓਵਰੀਜ ਪ੍ਰੋਬਲਮਸ ਦੇ ਬਾਰੇ ਤੁਹਾਡੇ ਨਾਲ ਜ਼ਿਕਰ ਕਰਨਗੇ ਆਓ ਚੱਲਦੇ ਹਾਂ ਜੀ ਡਾਕਟਰ ਜੋਤੀ ਕੰਬੋਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਜੋਤੀ ਕੰਬੋਜ ਕੰਬੋਜ ਹੋਸਪਿਟਲ ਮੋਹਾਲੀ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਹੀ ਹਾਂ ਅੱਜ ਦਾ ਫਸਟ ਟੋਪਿਕ ਜੋ ਮੈਂ ਡਿਸਕਸ ਕਰਨਾ ਚਾਹਾਂਗੀ ਉਹ ਗਰਲਜ਼ ਵਿੱਚ ਅੱਜ ਕੱਲ੍ਹ 15 ਤੋਂ 44 ਸਾਲ ਦੀਆਂ ਲੇਡੀਜ਼ ਵਿੱਚ ਬਹੁਤ ਕਾਮਨਲੀ ਡਾਇਗਨੋਸ ਹੋ ਰਿਹਾ ਉਹ ਹੈ ਪੋਲੀਸਿਸਟਿਕ ਓਵਰੀਜ਼ ਹਾਰਮੋਨਲ ਚੇਂਜਿਸ ਕਰਕੇ ਓਵਰੀਜ਼ ਵਿੱਚ ਛੋਟੇ ਛੋਟੇ ਬਬਲਿੰਗ ਹੋ ਜਾਂਦੀ ਹੈ ਜੋ ਕਿ ਤੁਹਾਡੇ ਪੀਰੀਅਡ ਡਿਸਟਰਬ ਕਰਦੀ ਹੈ ਪੀਰੀਅਡ ਦੀ ਇਰੈਗੂਲੈਰਿਟੀ ਦਾ ਸਭ ਤੋਂ ਵੱਡਾ ਕਾਰਨ ਹੈ ਵੇਟ ਗੇਨ ਫ੍ਰੀਕੁਐਂਟਲੀ ਤੁਹਾਡਾ ਵੇਟ ਵਧਣਾ ਸ਼ੁਰੂ ਹੋ ਜਾਂਦਾ ਚਿਹਰੇ 'ਤੇ ਠੋਡੀ 'ਤੇ ਤੁਹਾਡੇ ਵਾਲਾਂ ਦੀ ਐਕਸਟਰਾ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ ਲੋਅਰ ਐਬਡੋਮਨ 'ਚ ਇੱਕ ਲਗਾਤਾਰ ਪੇਨ ਦਾ ਰਹਿਣਾ ਜਾਂ ਲੇਟਰ ਔਨ ਇਨਫਰਟੀਲਿਟੀ ਦੀ ਪ੍ਰੋਬਲਮ ਯਾਨੀ ਕਿ ਬੱਚਾ ਕੰਸੀਵ ਕਰਨ 'ਚ ਤੁਹਾਨੂੰ ਦਿੱਕਤ ਆ ਸਕਦੀ ਹੈ ਰਿਸਕ ਫੈਕਟਰ ਇਹਦੇ 'ਚ ਦੇਖਿਆ ਗਿਆ ਕਿ ਓਬੈਸਿਟੀ ਫੈਮਿਲੀ ਹਿਸਟਰੀ ਅਗਰ ਤੁਹਾਡੀ ਫੈਮਿਲੀ 'ਚ ਇਹ ਪ੍ਰੋਬਲਮ ਹੈ ਤਾਂ ਅੱਗੇ ਗਰਲਜ਼ 'ਚ ਇਹ ਪ੍ਰੋਬਲਮ ਜਾਣ ਦੀ ਜ਼ਿਆਦਾ ਦਿੱਕਤ ਆਉਂਦੀ ਹੈ ਸੀਡੈਂਟਰੀ ਲਾਈਫ ਸਟਾਈਲ ਤੁਸੀਂ ਬਿਲਕੁਲ ਐਕਸਰਸਾਈਜ਼ ਤੋਂ ਦੂਰ ਹੋ ਤੁਹਾਡੀ ਡਾਇਟ ਬਿਲਕੁਲ ਅਨਹੈਲਦੀ ਹੈ ਤਾਂ ਇਹ ਚੀਜ਼ਾਂ ਤੁਹਾਨੂੰ ਜ਼ਿਆਦਾ ਇਫੈਕਟ ਕਰਦੀਆਂ ਨੇ ਅਗਰ ਤੁਹਾਨੂੰ ਇਹਨਾਂ 'ਚ ਕੋਈ ਵੀ ਦਿੱਕਤ ਆ ਰਹੀ ਹੈ ਲਾਈਕ ਸਾਈਕਲ ਇਰੈਗੂਲੈਰਿਟੀ ਜਾਂ ਵੇਟ ਗੇਨ ਜਾਂ ਫੇਸ਼ੀਅਲ ਹੇਅਰ ਗਰੋਥ ਡਾਇਗਨੋਸਿਸ ਸਭ ਤੋਂ ਪਹਿਲੇ ਅਲਟਰਾਸਾਊਂਡ ਦੇ ਥਰੂ ਹੈ
ਅਲਟਰਾਸਾਊਂਡ ਦੇ ਨਾਲ ਨਾਲ ਬਲੱਡ ਟੈਸਟ ਜਿਹਦੇ 'ਚ ਕਿ ਅਸੀਂ ਹਾਰਮੋਨਲ ਪ੍ਰੋਫਾਈਲ ਚੈੱਕ ਕਰਦੇ ਹਾਂ, ਤਾਂ ਉਹਦੇ ਤੋਂ ਬਾਅਦ ਟ੍ਰੀਟਮੈਂਟ। ਟ੍ਰੀਟਮੈਂਟ ਵਿੱਚ 50% ਲਾਈਫ ਸਟਾਈਲ ਚੇਂਜਿਸ ਐਂਡ 50% ਮੈਡੀਸਨ ਦਾ ਰੋਲ ਹੈ, ਬਿਕੋਜ਼ ਸਿਰਫ ਮੈਡੀਸਨ ਨਾਲ ਆਪਾਂ ਇਹਨੂੰ ਕੰਟਰੋਲ ਨਹੀਂ ਕਰ ਸਕਦੇ। ਲਾਈਫ ਸਟਾਈਲ ਚੇਂਜਿਸ ਵਿੱਚ ਯੂ ਕੈਨ ਗੋ ਫਾਰ ਅਰੋਬਿਕਸ ਜਾਂ ਯੋਗਾ ਜਾਂ ਜੋਗਿੰਗ ਔਰ ਵਾਕਿੰਗ। ਮਿਨੀਮਮ 40 ਮਿੰਟ ਵਾਕ ਔਰ ਜੋਗਿੰਗ 5 times a day, 5 days in a week ਇਜ਼ ਏ ਗੁੱਡ ਐਕਸਰਸਾਈਜ਼। ਐਂਡ ਡਾਇਟ ਵਿੱਚ ਤੁਸੀਂ ਅਨਹੈਲਦੀ ਫੂਡ, ਜੰਕ ਫੂਡ ਤੁਹਾਨੂੰ ਅਵੋਇਡ ਕਰਨਾ ਪਏਗਾ। ਓਇਲੀ ਡਾਇਟ, ਫਰਾਈ ਡਾਇਟ, ਸ਼ੂਗਰ ਕੰਟੈਂਟ ਨੂੰ ਡਾਇਟ ਵਿੱਚ ਘੱਟ ਰੱਖੋ। ਰਾਅ ਵੈਜੀਟੇਬਲ ਐਂਡ ਫਰੂਟਸ ਜ਼ਿਆਦਾ ਤੋਂ ਜ਼ਿਆਦਾ ਇਨਵੋਲਵ ਕਰੋ। ਪਾਣੀ ਦੀ ਮਾਤਰਾ ਦਿਨ 'ਚ ਵਧਵਾ ਦਿਓ, 3 to 4 liters ਪਾਣੀ ਡੇਲੀ ਹੈ ਤੁਹਾਨੂੰ ਇਨਟੇਕ ਬੜਾ ਜ਼ਰੂਰੀ ਹੈ। ਨੋਰਮਲ ਡਾਇਟ 1800 to 2000 ਕੈਲਰੀਜ਼ ਰਹਿੰਦੀਆਂ ਨੇ, ਪਰ ਅਗਰ ਤੁਹਾਨੂੰ ਪੋਲੀਸਿਸਟਿਕ ਓਵਰੀਜ਼ ਹੈ ਤਾਂ ਤੁਸੀਂ ਡਾਇਟ ਵੇਟ ਰਿਡਿਊਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 1500 to 1800 ਕੈਲਰੀਜ਼ ਸਫੀਸ਼ੀਐਂਟ ਨੇ। ਸੋ ਅਗਰ ਤੁਸੀਂ ਪੋਲੀਸਿਸਟਿਕ ਓਵਰੀਜ਼ ਨੂੰ ਅਵੋਇਡ ਕਰਨਾ, ਆਪਦੀ ਲਾਈਫ ਸਟਾਈਲ ਚੇਂਜ ਕਰਨਾ ਬੜਾ ਜ਼ਰੂਰੀ ਹੈ, ਡਾਇਟ ਚੇਂਜ ਕਰਨੀ ਬੜਾ ਜ਼ਰੂਰੀ ਹੈ। ਹੈਵ ਏ ਹੈਪੀ ਐਂਡ ਹੈਲਦੀ ਲਾਈਫ। ਥੈਂਕ ਯੂ ਜੀ। ਮੁੜ ਤੋਂ ਸਵਾਗਤ ਕਰਦੇ ਹਾਂ ਵਿਜਨ ਸਵੇਰਾ ਪ੍ਰੋਗਰਾਮ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਿਹਤ ਸੰਬੰਧੀ ਜਾਣਕਾਰੀ ਦੇ ਵਿੱਚ ਡਾਕਟਰ ਜੋਤੀ ਕੰਬੋਜ, ਜਿਨ੍ਹਾਂ ਨੇ ਕਿ ਸਾਨੂੰ ਲੜਕੀਆਂ ਦੇ ਵਿੱਚ ਹਾਰਮੋਨਲ ਚੇਂਜਸ ਦੇ ਦੌਰਾਨ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ, ਔਰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਕਿਉਂਕਿ ਲੜਕੀਆਂ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਸੋ ਦਰਸ਼ਕੋ, ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਲੈ ਕੇ ਆਉਂਦੇ ਹਾਂ ਇੱਕ ਮਹੱਤਵਪੂਰਨ ਵਿਸ਼ਾ, ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ, ਸਾਡੇ ਆਲੇ ਦੁਆਲੇ ਦੇ ਨਾਲ ਜੁੜਿਆ ਹੋਇਆ। ਅੱਜ ਜਿਹੜਾ ਵਿਸ਼ਾ ਅਸੀਂ ਲੈ ਕੇ ਆਏ ਹਾਂ ਉਹ ਵੀ ਬਹੁਤ ਖਾਸ ਹੈ ਸਾਡੇ ਸਾਰਿਆਂ ਦੇ ਲਈ। ਜੀ ਹਾਂ, ਅੱਜ ਅਸੀਂ ਲੈ ਕੇ ਆਏ ਹਾਂ ਸਿੱਖਿਆ ਦੇ ਰਾਹੀਂ ਆਚਰਣ ਦਾ ਨਿਰਮਾਣ। ਸਿੱਖਿਆ ਦੇ ਰਾਹੀਂ ਆਚਰਣ ਦਾ ਨਿਰਮਾਣ। ਰਵੀ, ਬਹੁਤ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਗੱਲਾਂ ਅੱਜ ਸਾਡੇ ਦਰਸ਼ਕਾਂ ਨਾਲ ਆਪਾਂ ਸਾਂਝੀਆਂ ਕਰਨੀਆਂ ਕਿ ਸਿੱਖਿਆ ਦਾ ਕੀ ਰੋਲ ਹੈ ਸਾਡੇ ਆਚਰਣ ਨੂੰ ਨਿਰਮਾਣ ਕਰਨ ਦੇ ਵਿੱਚ। ਜੀ ਬਿਲਕੁਲ, ਸਿੱਖਿਆ ਦਾ ਜੇ ਆਪਾਂ ਮੰਨੀਏ ਤਾਂ ਬਹੁਤ ਅਹਿਮ ਰੋਲ ਹੈ। ਸਿੱਖਿਆ ਤੋਂ ਬਿਨਾਂ ਅਸੀਂ ਕਿਸੇ ਵੀ ਖੇਤਰ 'ਚ ਅੱਗੇ ਨਹੀਂ ਵੱਧ ਸਕਦੇ। ਅਸੀਂ ਜੋ ਕਰਨਾ ਚਾਹੁੰਦੇ ਹਾਂ ਉੱਥੋਂ ਤੱਕ ਸਾਡਾ ਟੀਚਾ ਨਹੀਂ ਅਸੀਂ ਪ੍ਰਾਪਤ ਕਰ ਸਕਦੇ। ਪੜ੍ਹਾਈ ਅਤੇ ਸਿੱਖਿਆ, ਇਕੱਲੀ ਪੜ੍ਹਾਈ ਨੂੰ ਆਪਾਂ ਸਿੱਖਿਆ ਨਾ ਮੰਨ ਲਈਏ ਤਾਂ ਸਿੱਖਿਆ ਹੋਰ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਬਿਲਕੁਲ, ਆਪਾਂ ਬਿਨਾਂ ਪੜ੍ਹੇ ਵੀ ਜੇ ਕੋਈ ਕੰਮ ਕਰਨਾ ਤਾਂ ਉਹਦੀ ਸਿੱਖਿਆ ਲੈ ਲੈਣੀ ਬਹੁਤ ਜ਼ਰੂਰੀ ਹੈ। ਔਰ ਨਾਲ ਦੀ ਨਾਲ ਆਚਰਣ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਮੈਨੂੰ ਲੱਗਦਾ ਕਿ ਇਸ ਦੀ ਸ਼ੁਰੂਆਤ ਜਿਹੜੀ ਹੈ ਇਹ ਆਪਣੇ ਪਰਿਵਾਰ ਤੋਂ ਹੁੰਦੀ ਹੈ। ਬਿਲਕੁਲ ਰਵੀ, ਮੈਂ ਤੁਹਾਡੀ ਇੱਥੇ ਗੱਲ ਰੋਕ ਰਹੀ ਹਾਂ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਿੱਖਿਆ ਸਿਰਫ ਕਿਤਾਬੀ ਸਿੱਖਿਆ ਨਹੀਂ ਹੁੰਦੀ, ਇਸ ਤੋਂ ਬਿਨਾਂ ਵੀ ਹੁੰਦੇ। ਇਹਨੂੰ ਆਪਾਂ ਦੋ ਤਰੀਕੇ ਨਾਲ ਲੈ ਸਕਦੇ ਹਾਂ, ਰਸਮੀ ਅਤੇ ਗੈਰ ਰਸਮੀ। ਰਸਮੀ ਸਿੱਖਿਆ ਜਿਹੜੀ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਫਿਰ ਸੰਸਥਾਵਾਂ ਦੇ ਵਿੱਚ ਅਸੀਂ ਹਾਸਲ ਕਰਦੇ ਹਾਂ, ਅਤੇ ਗੈਰ ਰਸਮੀ ਸਿੱਖਿਆ ਜਿਹੜੀ ਸਾਡੇ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ। ਬੱਚੇ ਦਾ ਜਨਮ ਹੁੰਦਾ ਪਰਿਵਾਰ ਦੇ ਵਿੱਚ, ਉੱਥੇ ਸਭ ਤੋਂ ਪਹਿਲਾਂ ਗੁਰੂ ਉਹਦੇ ਮਾਂ ਬਾਪ ਹੁੰਦੇ, ਉਹਦਾ ਪਰਿਵਾਰ ਹੁੰਦਾ ਜੀ। ਤਾਂ ਇਹੀ ਇਸੇ ਗੱਲ ਨੂੰ ਹੀ ਆਪਾਂ ਅੱਗੇ ਤੋਰਦੇ ਹਾਂ ਕਿ ਜਿਹੜੀ ਸਾਡੇ ਆਚਰਣ ਦੀ ਸ਼ੁਰੂਆਤ ਹੈ ਸਾਡੇ ਪਰਿਵਾਰ ਤੋਂ ਹੋਣੀ ਹੈ। ਸਾਡੇ ਪਰਿਵਾਰ ਨੇ, ਸਾਡੇ ਵੱਡਿਆਂ ਨੇ, ਬਜ਼ੁਰਗਾਂ ਨੇ ਸਾਨੂੰ ਕੀ ਸਿਖਾਉਣਾ, ਕਿੱਥੋਂ ਸਾਡੀ ਸ਼ੁਰੂਆਤ ਕਰਨੀ ਹੈ, ਬੱਚੇ ਨੂੰ ਕਿਸ ਤਰੀਕੇ ਨਾਲ ਸੋਸਾਇਟੀ ਦੇ ਵਿੱਚ ਵਰਤਣਾ ਸਿਖਾਉਣਾ ਹੈ, ਕਿਸ ਤਰੀਕੇ ਨਾਲ ਆਪਾਂ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ, ਔਰ ਆਪਣੇ ਦਿਮਾਗ ਨੂੰ ਕਿੱਥੋਂ ਤੱਕ ਸਥਿਰ ਰੱਖਣਾ, ਇਹ ਚੀਜ਼ ਸਾਨੂੰ ਸਾਡੇ ਬਜ਼ੁਰਗਾਂ ਤੋਂ ਸ਼ੁਰੂ ਹੋ ਜਾਂਦੀ ਹੈ, ਸਾਡੇ ਪਰਿਵਾਰ ਤੋਂ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਅਗਲਾ ਪੜਾਅ ਆ ਜਾਂਦਾ ਸਾਡੀ ਸਕੂਲਿੰਗ। ਸਕੂਲ ਦੇ ਵਿੱਚ ਬਹੁਤ ਸਾਰੇ ਈਵੈਂਟਸ ਕਰਵਾਏ ਜਾਂਦੇ ਆ ਸਕੂਲਾਂ ਦੇ ਵਿੱਚ ਕਿ ਬੱਚਿਆਂ ਨੂੰ ਹਰ ਤਰ੍ਹਾਂ ਦੇ ਕਿਸ ਭਵਿੱਖ ਦੇ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਉਹ ਕਿਸੇ ਨਵੇਂ ਖੇਤਰ ਦੇ ਵਿੱਚ ਜਾਂਦਾ ਹੈ ਜਾਂ ਆਪਣੇ ਨਾਲ ਦੇ ਸਹਿਪਾਠੀਆਂ ਨਾਲ ਉਹਨੇ ਕਿਵੇਂ ਵਰਤਣਾ, ਕਿਸ ਤਰੀਕੇ ਨਾਲ ਉਹਨਾਂ ਦੇ ਨਾਲ ਸਹਿਯੋਗ ਕਰਨਾ, ਇਹ ਚੀਜ਼ਾਂ ਸਿਖਾਈਆਂ ਜਾਂਦੀਆਂ। ਤਾਂ ਸਿੱਖਿਆ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਹੈ, ਔਰ ਖਾਸ ਕਰਕੇ ਸਾਡੇ ਆਚਰਣ ਨੂੰ ਸਵਾਰਨ ਅਤੇ ਸੁਧਾਰਨ ਦੇ ਲਈ ਬਹੁਤ ਵੱਡਾ ਰੋਲ ਹੈ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਿੱਖਿਆ ਜਿਹੜੇ ਹੈਗੇ ਸਾਡੇ ਆਚਰਣ ਨੂੰ ਸੰਭਾਲਣ ਅਤੇ ਸੁਧਾਰਨ ਦੇ ਵਿੱਚ ਬਹੁਤ ਜ਼ਿਆਦਾ, ਪਰ ਇੱਕ ਚੀਜ਼ ਹੋਰ ਵੀ ਹੈਗੀ ਆ। ਜੇਕਰ ਅਸੀਂ ਦੇਖੀਏ ਤਾਂ ਜਿਹੜੀ ਹੈਗੀ ਹੈ ਰਸਮੀ ਸਿੱਖਿਆ, ਰਸਮੀ ਸਿੱਖਿਆ ਦੇ ਨਾਲ ਨਾਲ ਇਸ ਤੋਂ ਮੈਨੂੰ ਲੱਗਦਾ ਕੁਛ ਜ਼ਿਆਦਾ ਜਿਹੜੀ ਗੈਰ ਰਸਮੀ ਸਿੱਖਿਆ ਦੇਖੀ ਸੀ ਸਾਡੇ ਬਜ਼ੁਰਗਾਂ ਦੇ ਵਿੱਚ। ਇੱਕ ਕਹਿੰਦੇ ਨੇ ਇੱਕ ਅਨਪੜ੍ਹ ਇਨਸਾਨ ਕਿਹਾ ਜਾਂਦਾ, ਪਰ ਉਹ ਅਸਲ ਦੇ ਵਿੱਚ ਅਨਪੜ੍ਹ ਨਹੀਂ ਹੁੰਦਾ। ਜਿਹੜੀ ਸਾਡੇ ਪਿਛਲੇ ਸਮੇਂ 'ਚ ਝਾਤ ਮਾਰੀ ਤਾਂ ਉਹਨਾਂ ਦੇ ਵਿੱਚ ਜਿਹੜੀ ਉਹ ਗੈਰ ਰਸਮੀ ਸਿੱਖਿਆ ਸੀਗੀ, ਨੈਤਿਕ ਕਦਰਾਂ ਕੀਮਤਾਂ ਸੀ, ਆਦਰਸ਼ ਸੀ ਉਹਨਾਂ ਦੇ ਵਿੱਚ, ਜਿਹੜੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਆਪਣੇ ਆਪ ਦੇ ਵਿੱਚ ਜੀਵਨ ਨੂੰ ਜਿਉਣ ਦੀ ਜਾਂਚ ਸੀਗੀ, ਉਹ ਬਹੁਤ ਜ਼ਿਆਦਾ ਸੀ। ਬਿਲਕੁਲ, ਔਰ ਸਲੀਕੇ ਨਾਲ ਦੂਸਰਿਆਂ ਦੇ ਨਾਲ ਵਿਚਰਨਾ,
ਗੱਲਬਾਤ ਕਰਨੀ, ਉਹ ਜਿਹੜਾ ਢੰਗ ਤਰੀਕਾ ਸੀਗਾ ਉਹ ਜਿਹੜਾ ਉਹਨਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ। ਬਿਲਕੁਲ, ਉਹਨਾਂ ਸਮਿਆਂ ਦੇ ਵਿੱਚ ਮਨਦੀਪ ਸਿੱਖਿਆ ਬਹੁਤ ਘੱਟ ਸੀ, ਆਪਾਂ ਜੇ ਰਸਮੀ ਸਿੱਖਿਆ ਦੀ ਗੱਲ ਕਰੀਏ ਸਕੂਲਿੰਗ ਬਹੁਤ ਘੱਟ ਸੀ, ਜੇ ਸੀ ਤਾਂ ਵੱਧ ਤੋਂ ਵੱਧ 10th ਤੱਕ ਕੋਈ ਪੜ੍ਹਦਾ ਸੀ, ਜੇ ਕੋਈ ਚੰਗੇ ਪਰਿਵਾਰ ਦਾ ਕੋਈ ਜਿਹੜਾ ਖਰਚਾ ਕਰ ਸਕਦਾ ਸੀ ਜਾਂ ਪੜ੍ਹਿਆ ਲਿਖਿਆ ਸੀ ਜਾਂ ਕੋਈ ਪਹਿਲਾਂ ਹੀ ਕੋਈ ਨੌਕਰੀ ਪੇਸ਼ੇ ਦੇ ਲੋਕ ਸੀਗੇ ਉਹੀ ਅੱਗੇ ਪੜ੍ਹਾਈ ਨੂੰ ਕੰਟੀਨਿਊ ਕਰਦੇ ਸੀ, ਪਰ ਜਿਹੜੇ ਪਹਿਲਾਂ ਖੇਤੀ ਦੇ ਨਾਲ ਜੁੜੇ ਹੋਏ ਸੀ ਜਾਂ ਮਜ਼ਦੂਰੀ ਦੇ ਨਾਲ ਜੁੜੇ ਹੋਏ ਲੋਕ ਜ਼ਿਆਦਾ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਹੱਥੀਂ ਕਿਰਤ ਬਹੁਤ ਹੁੰਦੀ ਸੀ, ਤਾਂ ਉਹਨਾਂ ਸਮਿਆਂ ਦੇ ਵਿੱਚ ਗੈਰ ਰਸਮੀ ਜਿਹੜੇ ਲੋਕ ਸੀ ਉਹ ਬਹੁਤ ਜ਼ਿਆਦਾ ਸੀ, ਸਿੱਖਿਆ ਬਹੁਤ ਜ਼ਿਆਦਾ ਸੀ। ਗੈਰ ਰਸਮੀ ਦੀ ਗੱਲ ਆਪਾਂ ਕਰੀਏ ਤਾਂ ਉਹਨਾਂ ਸਮਿਆਂ ਦੇ ਵਿੱਚ ਇੱਕ ਭਾਈਚਾਰੇ ਨੂੰ ਸਾਂਭਣ ਦਾ ਇੱਕ ਬਹੁਤ ਵੱਡਾ ਉਹਨਾਂ ਦੇ ਵਿੱਚ ਆਰਟ ਸੀ, ਕਲਾ ਸੀ, ਕਿ ਭਾਈਚਾਰੇ ਨੂੰ ਬੜਾ ਉਹ ਸੰਭਾਲ ਕੇ ਰੱਖਦੇ ਸੀ, ਇਕੱਠੇ ਮਿਲ ਕੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ, ਘਰਾਂ ਦੇ ਵਿੱਚ ਜਿਹੜਾ ਉਹਨਾਂ ਦਾ ਆਉਣ ਜਾਣ ਉਹਨਾਂ ਦਾ ਵਰਤਣ ਦਾ ਤਰੀਕਾ ਸੀ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਸੀ। ਪਰ ਜਿਵੇਂ ਜਿਵੇਂ ਸਾਡੀ ਸਿੱਖਿਆ ਉਚੇਰੀ ਹੁੰਦੀ ਜਾਂਦੀ ਹੈ, ਜਿਵੇਂ ਜਿਵੇਂ ਅਸੀਂ ਆਧੁਨਿਕ ਯੁੱਗ ਨਾਲ ਜੁੜਦੇ ਜਾਂਦੇ ਹਾਂ ਤਾਂ ਉਹਦਾ ਦਾਇਰਾ ਜਿਹੜਾ ਉਹ ਬਹੁਤ ਸਿਮਟ ਕੇ ਰਹਿ ਗਿਆ, ਸਾਡੀ ਮਾਨਸਿਕਤਾ ਨੂੰ ਬੜਾ ਛੋਟਾ ਕਰਦਾ ਜਾਂਦਾ। ਬਿਲਕੁਲ, ਰਸਮੀ ਸਿੱਖਿਆ ਜਿਹੜੀ ਹੋ ਗਈ ਹੈ ਸਿਰਫ ਅਤੇ ਸਿਰਫ ਸਾਡੀ ਜਿਹੜੀ ਸਕੂਲਿੰਗ ਐਜੂਕੇਸ਼ਨ ਕਾਲਜ ਦੀ ਪੜ੍ਹਾਈ ਹੋ ਚੁੱਕੀ ਹੈ, ਜੋਬ ਬੇਸਡ ਹੋ ਚੁੱਕੀ ਹੈ। ਬਿਲਕੁਲ, ਉਹਦੇ ਵਿੱਚ ਅਸੀਂ ਸਾਡੇ ਆਚਰਣ ਨੂੰ ਸਵਾਰਨ ਦੇ ਲਈ ਜਾਂ ਫਿਰ ਸਾਡੇ ਆਪਣੇ ਚਰਿੱਤਰ ਦੇ ਨਿਰਮਾਣ ਦੇ ਲਈ ਕੁਝ ਅਜਿਹਾ ਅੱਜ ਦੀ ਸਟੱਡੀ ਦੇ ਵਿੱਚ ਅੱਜ ਦੇ ਪਾਠਕ੍ਰਮ ਦੇ ਵਿੱਚ ਨਹੀਂ ਪਾ ਸਕਦੇ, ਜਦੋਂ ਕਿ ਚਾਹੀਦਾ ਕੀ ਹੈ ਕਿ ਅੱਜ ਦੇ ਜਿਹੜਾ ਪਾਠਕ੍ਰਮ ਹੈਗਾ, ਸਿਲੇਬਸ ਹੈਗੇ ਨੇ ਸਕੂਲ ਤੋਂ ਲੈ ਕੇ ਕਾਲਜ ਤੱਕ ਯੂਨੀਵਰਸਿਟੀਜ਼ ਤੱਕ ਜਿੱਥੇ ਵੀ ਹੈ, ਉਹ ਸਿਲੇਬਸ ਦੇ ਵਿੱਚ ਸਪੈਸ਼ਲ ਖਾਸ ਕਰਕੇ ਇਸੇ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਕਿ ਨਾਲ ਨਾਲ ਉਹਨਾਂ ਦੇ ਆਚਰਣ ਦਾ ਵੀ ਨਿਰਮਾਣ ਹੋ। ਬਿਲਕੁਲ, ਉਹਨਾਂ ਨੂੰ ਖੜਨ ਬੈਠਣ ਬੋਲਣ ਦਾ ਸਲੀਕਾ ਪਤਾ ਚੱਲੇ, ਉਹਨਾਂ ਨੂੰ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਇਹ ਚੀਜ਼ਾਂ ਦਾ ਪਤਾ ਚੱਲੇ, ਆਪਣੇ ਆਲੇ ਦੁਆਲੇ ਦੇ ਫਾਇਦੇ ਲਈ ਅਸੀਂ ਕੀ ਕਰ ਸਕਦੇ ਹਾਂ, ਇਹ ਚੀਜ਼ਾਂ ਜਿਹੜੀਆਂ ਸਭ ਤੋਂ ਜ਼ਿਆਦਾ ਜ਼ਰੂਰੀ ਨੇ। ਮੈਨੂੰ ਲੱਗਦਾ ਕਿ ਪਾਠਕ੍ਰਮ ਦੇ ਵਿੱਚ ਇਹ ਚੀਜ਼ਾਂ ਵੀ ਨਾਲ ਨਾਲ ਐਡ ਹੋਣੀਆਂ ਚਾਹੀਦੀਆਂ, ਜਿਹੜੀਆਂ ਕਿ ਅੱਜ ਦੇ ਟਾਈਮ 'ਚ ਅਸੀਂ ਦੇਖਦੇ ਹਾਂ ਕਿ ਨਹੀਂ ਹੈਗੀਆਂ, ਅਤੇ ਸਿਰਫ ਬੱਚੇ ਹੈਗੇ ਨੌਕਰੀ ਤੱਕ, ਜੇਕਰ ਉਹ ਪੜ੍ਹਾਈ ਉਹਨਾਂ ਦੇ ਨੌਕਰੀ ਮਿਲਦੀ ਹੈ ਤਾਂ ਕੰਮ ਦੀ ਹੈਗੀ ਆ, ਬਿਲਕੁਲ, ਜੇਕਰ ਉਹ ਨੌਕਰੀ ਨਹੀਂ ਮਿਲਦੀ ਉਹ ਪੜ੍ਹਾਈ ਕਿਸੇ ਕੰਮ ਦੀ ਨਹੀਂ ਹੈਗੀ, ਜ਼ਿੰਦਗੀ ਨੂੰ ਸੁਧਾਰਨ ਦੇ ਲਈ ਉਹ ਪੜ੍ਹਾਈ ਕਿਸੇ ਕੰਮ ਦੀ ਨਹੀਂ ਹੈਗੀ। ਬਿਲਕੁਲ, ਜੇਕਰ ਜਿਵੇਂ ਤੁਸੀਂ ਪੜ੍ਹਾਈਆਂ ਦੀ ਗੱਲ ਕੀਤੀ ਹੈ, ਜੋਬ ਦੀ ਗੱਲ ਕੀਤੀ ਹੈ, ਤਾਂ ਸਾਡੇ ਰੁਜ਼ਗਾਰ ਦੇ ਸੋਮੇ ਤਾਂ ਬਹੁਤ ਘੱਟ ਗਏ, ਮਨਦੀਪ, ਪੜ੍ਹਾਈਆਂ ਬਹੁਤ ਹੋ ਗਈਆਂ, ਬਹੁਤ ਸਾਰੀਆਂ ਡਿਗਰੀਆਂ ਨੇ, ਕਈ ਕਈ ਸਾਲ ਬੱਚੇ ਆਪਣੇ ਖਰਾਬ ਕਰਦੇ ਆ, ਰੁਜ਼ਗਾਰ ਦੇ ਵਸੀਲੇ ਘੱਟ ਹੋਣ ਕਾਰਨ ਉਹਨਾਂ ਨੂੰ ਕਿਤੇ ਨਾ ਕਿਤੇ ਨਿਰਾਸ਼ਾ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ, ਪਰ ਉੱਥੋਂ ਹੀ ਉਹਨਾਂ ਦੇ ਆਚਰਣ ਦੇ ਵਿਗੜਨ ਦੀ ਸ਼ੁਰੂਆਤ ਵੀ ਕਿਤੇ ਨਾ ਕਿਤੇ ਇੱਥੋਂ ਹੀ ਹੁੰਦੀ ਹੈ। ਜੇਕਰ ਉਹ ਉਹਨਾਂ ਦੀ ਸਕੂਲਿੰਗ ਚੰਗੀ ਹੋ ਜਾਂਦੀ ਹੈ, ਕਾਲਜਾਂ ਦੇ ਵਿੱਚ ਵੀ ਚੰਗਾ ਪੜ੍ਹਨ ਨੂੰ ਮਿਲਦਾ, ਚੰਗਾ ਰਹਿਣ ਸਹਿਣ ਮਿਲਦਾ, ਇੱਕ ਚੰਗਾ ਉਹਨਾਂ ਨੂੰ ਮਾਹੌਲ ਮਿਲਦਾ, ਵਾਤਾਵਰਨ ਵਧੀਆ ਮਿਲ ਜਾਂਦਾ, ਪਰ ਉਸ ਤੋਂ ਬਾਅਦ ਜੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਆਪਣੇ ਆਪ ਨੂੰ ਵਿਗਾੜਨਾ ਸ਼ੁਰੂ ਕਰ ਲੈਂਦੇ ਆ, ਚਾਹੇ ਮਾਪੇ ਵੀ ਕਿੰਨਾ ਵੀ ਜ਼ੋਰ ਲਾ ਲੈਣ ਜਾਂ ਫਿਰ ਅਧਿਆਪਕਾਂ ਨੇ ਚੰਗੀ ਸਿੱਖਿਆ ਜ਼ਰੂਰ ਦਿੱਤੀ ਹੋਵੇ, ਪਰ ਕਿਤੇ ਨਾ ਕਿਤੇ ਉਹ ਇਸ ਸਿਸਟਮ ਤੋਂ ਜਿਹੜਾ ਦੁਖੀ ਹੋ ਕੇ ਆਪਣੇ ਆਪ ਨੂੰ ਜ਼ਰੂਰ ਵਿਗਾੜਦੇ ਆ, ਚਾਹੇ ਉਹ ਆਪਾਂ ਨਸ਼ਿਆਂ ਦੀ ਗੱਲ ਕਰ ਲਈਏ ਜਾਂ ਫਿਰ ਕੁਛ ਅਪਰਾਧਿਕ ਘਟਨਾਵਾਂ ਨੂੰ, ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਕਾਫ਼ੀ ਉੱਧਰ ਨੂੰ ਵੱਧ ਰਹੀ ਹੈ, ਤਾਂ ਇਹਦਾ ਕਿਤੇ ਨਾ ਕਿਤੇ ਬਹੁਤ ਵੱਡਾ ਕਾਰਨ ਬਣਦਾ ਬੇਰੁਜ਼ਗਾਰੀ। ਪਰ ਇੱਥੇ ਆਪਾਂ ਗੱਲ ਕਰ ਲੈਂਦੇ ਹਾਂ ਸਿੱਖਿਆ ਦੇ ਨਾਲ ਆਚਰਣ ਦੀ, ਜਿਹੜਾ ਆਪਣਾ ਵਿਸ਼ਾ ਉਹਦੇ ਵਿੱਚ ਅੱਜ ਕੱਲ੍ਹ ਦੇਖਣ ਨੂੰ ਮਿਲਦਾ ਹੈ ਕਿ ਸਕੂਲਾਂ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਕਿ ਮੋਬਾਈਲ ਦੀ ਵਰਤੋਂ ਬਹੁਤ ਘੱਟ ਹੁੰਦੀ ਸੀ, ਮਨਦੀਪ, ਪ੍ਰੋਪਰ ਤਰੀਕੇ ਨਾਲ ਯੂਨੀਫਾਰਮ ਸੀਗੀ ਉਹਨਾਂ ਦੀ, ਬੜੇ ਸਾਦੇ ਤਰੀਕੇ ਨਾਲ ਉਹਨਾਂ ਦੀ ਜਿਹੜੀ ਪੂਰਾ ਡਰੈਸਅਪ ਸੀਗਾ। ਪਰ ਅੱਜ ਕੱਲ੍ਹ ਜੇ ਆਪਾਂ ਦੇਖੀਏ 8ਵੀਂ ਤੋਂ 10ਵੀਂ ਤੋਂ ਬਾਅਦ ਦੀ ਗੱਲ ਕਰ ਲਈਏ ਆਪਾਂ, ਹੈ ਨਾ, 8ਵੀਂ ਤੋਂ ਬਾਅਦ ਪਲੱਸ ਟੂ ਤੱਕ ਦੀ ਗੱਲ ਕਰ ਲਈਏ, ਤਾਂ ਬੱਚਿਆਂ ਨੇ ਆਪਣਾ ਪਹਿਰਾਵਾ ਜਿਹੜਾ ਉਹ ਵੈਸਟਰਨ ਕਰ ਲਿਆ ਸਕੂਲਾਂ ਦੇ ਵਿੱਚ, ਉਹਦੇ ਵਿੱਚ ਵੀ ਟੀਚਰ ਵੀ ਉਹਨਾਂ ਨੂੰ ਰੋਕਣ ਤੋਂ ਕਿਤੇ ਨਾ ਕਿਤੇ ਅਸਮਰੱਥ ਦਿਖਦੇ ਆ, ਕਿਉਂਕਿ ਉਹਨਾਂ ਦੇ ਬੱਚਿਆਂ ਦੇ ਮਾਪੇ ਨੇ ਜਿਹੜੇ ਉਹ ਨਹੀਂ ਚਾਹੁੰਦੇ ਕਿ ਟੀਚਰ ਸਾਡੇ ਬੱਚੇ ਨੂੰ ਬਹੁਤ ਜ਼ਿਆਦਾ ਝਿੜਕਣ, ਉਹ ਕਿਤੇ ਨਾ ਕਿਤੇ ਆਚਰਣ ਨੂੰ ਵਿਗਾੜਨ ਦੇ ਵਿੱਚ ਇਹ ਵੀ ਇੱਕ ਚੀਜ਼ ਜਿਹੜੀ ਹੈ ਉਹ ਆਪਣਾ ਜਿਹੜਾ ਉਹ ਰੋਲ ਨਿਭਾਉਂਦੀ ਹੈ, ਜਿਹੜੇ ਕਿ ਇੱਕ ਠੀਕ ਕੰਮ ਨਹੀਂ। ਇਹੀ ਚੀਜ਼ ਕਾਲਜਾਂ 'ਚ ਆ, ਕਾਲਜਾਂ ਦੇ ਵਿੱਚ ਤਾਂ ਪੂਰੇ ਖੁੱਲ੍ਹੇ ਮਾਹੌਲ ਨੇ ਅੱਜ ਕੱਲ੍ਹ, ਬਹੁਤ ਓਪਨਲੀ ਜਿਹੜੇ ਬੱਚੇ ਰਹਿੰਦੇ ਨੇ ਆਪਸ ਦੇ ਵਿੱਚ, ਤਾਂ ਉੱਥੇ ਟੀਚਰਾਂ ਦੀ ਉਹ ਨਿਗਰਾਨੀ ਘੱਟ ਜਾਂਦੀ ਹੈ, ਉਹ ਵੀ ਕਿਤੇ ਨਾ ਕਿਤੇ ਸਾਡੇ ਆਚਰਣ ਨੂੰ ਠੀਕ ਨਹੀਂ ਕਰ ਪਾਉਂਦੇ, ਤਾਂ ਇਹ ਪਹਿਲਾਂ ਦੇ ਮੁਕਾਬਲੇ ਜਿਹੜੀ ਹੁਣ ਦੀ ਸਿੱਖਿਆ ਹੈ ਉਹਦਾ ਬਹੁਤ ਫਰਕ ਪੈ ਗਿਆ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਰਵੀ, ਮੈਂ ਇਸੇ ਦੇ ਨਾਲ ਇੱਕ ਹੋਰ ਗੱਲ ਮੇਰੇ ਜਿਹੜੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ। ਆਚਰਣ ਦੇ ਜਿਹੜੇ ਆਪਾਂ ਸ਼ੁਰੂ ਤੋਂ ਗੱਲ ਕਰੀਏ, ਜਿਹੜੀ ਆਪਾਂ ਵਿੱਦਿਆ ਹਾਸਲ ਕਰਦੇ ਹਾਂ, ਵਿੱਦਿਆ ਹਾਸਲ ਕਰਦੇ ਹਾਂ ਅਸੀਂ ਸਾਖਰ ਹੁੰਦੇ ਹਾਂ, ਸਾਡੇ ਜਿਹੜਾ ਹੈਗਾ ਨਿਮਰਤਾ ਸਾਡੇ ਵਿੱਚ ਆਉਂਦੀ ਹੈ,
ਅਸੀਂ ਨਿਮਰਤਾ ਹਾਸਲ ਕਰਦੇ ਹਾਂ, ਨਿਮਰਤਾ ਸਾਡੇ ਜਿਹੜਾ ਹੈਗਾ ਸਾਡੇ ਪਾਤਰਤਾ ਆਉਂਦੀ ਹੈ, ਉਸ ਤੋਂ ਬਾਅਦ ਸਾਡੇ ਵਿੱਚ ਗੁਣ ਪੈਦਾ ਹੁੰਦੇ ਨੇ, ਔਰ ਉਹ ਪਾਤਰਤਾ ਉਹ ਗੁਣ ਜਿੱਦਾਂ ਅਸੀਂ ਗੱਲ ਕਰ ਲਈਏ ਕਿ ਜਦੋਂ ਆ ਜਾਂਦੇ ਨੇ ਤਾਂ ਫਿਰ ਜਿੱਦਾਂ ਅਧਿਆਪਕ ਹੋ ਗਿਆ ਉਹ ਆਪਣੇ ਮਤਲਬ ਗੁਣ ਜਿਹੜੇ ਦੂਸਰਿਆਂ ਦੇ ਵਿੱਚ ਵੰਡਦਾ, ਠੀਕ ਹੈ, ਉਹ ਗਿਆਨ ਵੰਡਦਾ ਦੂਸਰਿਆਂ ਦੇ ਵਿੱਚ, ਔਰ ਉਸ ਤੋਂ ਬਾਅਦ ਆ ਜਾਂਦਾ ਧਨ, ਔਰ ਜਦੋਂ ਉਹ ਗਿਆਨ ਵੰਡਦਾ ਉਸ ਤੋਂ ਬਾਅਦ ਸਾਡੇ ਕੋਲ ਧਨ ਆਉਂਦਾ, ਠੀਕ ਹੈ, ਅਸੀਂ ਆਪਣੀ ਸੂਝ ਬੂਝ ਦੇ ਨਾਲ ਅਸੀਂ ਆਪਣੇ ਚੰਗੇ ਗੁਣਾਂ ਦੇ ਕਰਕੇ ਜਿਹੜਾ ਧਨ ਕਮਾਉਂਦੇ ਹਾਂ, ਠੀਕ ਹੈ, ਔਰ ਧਨ ਤੋਂ ਬਾਅਦ ਜੇ ਗੱਲ ਕਰੀਏ ਤਾਂ ਉਸ ਤੋਂ ਬਾਅਦ ਗੱਲ ਆਉਂਦੀ ਹੈ ਧਰਮ ਦੀ, ਅਸੀਂ ਉਹ ਧਨ ਦੇ ਨਾਲ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਹਾਂ, ਦੂਸਰੇ ਸਮਾਜ ਦੀਆਂ ਵੀ ਲੋੜਾਂ ਦੀ ਪੂਰਤੀ ਕਰਦੇ ਹਾਂ, ਦੂਸਰਿਆਂ ਦੀ ਵੀ ਮਦਦ ਕਰਦੇ ਹਾਂ, ਉਹ ਬਣ ਜਾਂਦਾ ਇੱਕ ਤਰ੍ਹਾਂ ਦਾ ਧਰਮ। ਬਿਲਕੁਲ। ਔਰ ਇੱਥੇ ਇਹ ਜਿਹੜੀ ਲੜੀ ਹੈਗੀ ਆ ਇਹ ਮੈਂ ਵੈਸੇ ਤੁਹਾਨੂੰ ਦੱਸ ਦੇਵਾਂ ਕਿ ਮੈਨੂੰ ਬਹੁਤ ਵਧੀਆ ਲੱਗੀ ਸੀ ਤਾਂ ਹੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਪਰ ਇਹ ਚੀਜ਼ ਹੈਗੀ ਹੈ ਕਿ ਹਰ ਚੀਜ਼ ਦਾ ਜਿਹੜਾ ਆਧਾਰ ਹੈ ਉਹ ਵਿੱਦਿਆ ਹੁੰਦੀ ਹੈ। ਬਿਲਕੁਲ। ਔਰ ਵਿੱਦਿਆ ਤੋਂ ਹੀ ਅਸੀਂ ਸਭ ਤੋਂ ਪਹਿਲਾਂ ਸਾਨੂੰ ਇੱਕੋ ਹੀ ਗੁਣ ਹੈਗਾ ਉਹ ਹੈਗਾ ਨਿਮਰਤਾ, ਜਿਹੜੀ ਆਪਣੇ ਦੇ ਵਿੱਚ ਲਿਆਉਣੀ ਪੈਂਦੀ ਹੈ, ਨਿਮਰਤਾ ਨਾਲ ਹੀ ਅਸੀਂ ਦੂਸਰਿਆਂ ਦਾ ਦਿਲ ਜਿੱਤ ਸਕਦੇ ਹਾਂ, ਨਿਮਰਤਾ ਨਾਲ ਅਸੀਂ ਹਰ ਕੰਮ ਬੜਾ ਆਸਾਨੀ ਦੇ ਨਾਲ ਕੱਢ ਸਕਦੇ ਹਾਂ, ਨਿਮਰਤਾ ਤੋਂ ਬਿਨਾਂ ਅਸੀਂ ਕੋਈ ਵੀ ਇਨਸਾਨ ਹੈ ਉਹ ਚੰਗੀ ਜ਼ਿੰਦਗੀ ਨਹੀਂ ਜਿਉਂ ਸਕਦਾ। ਬਿਲਕੁਲ, ਇਹ ਨਿਮਰਤਾ ਸਭ ਤੋਂ ਵੱਡੀ ਚੀਜ਼ ਹੈ ਮਨਦੀਪ, ਬਿਲਕੁਲ ਠੀਕ ਗੱਲ ਕੀਤੀ ਤੁਸੀਂ, ਪਰ ਇੱਥੇ ਕੀ ਹੈ ਮੈਨੂੰ ਐਂ ਲੱਗਦਾ ਕਿ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਬਹੁਤ ਘੱਟ ਗਈ। ਬਿਲਕੁਲ। ਕਿਉਂਕਿ ਸਮਾਜ ਇਹੋ ਜਿਹਾ ਹੋ ਗਿਆ, ਮਾਹੌਲ ਇਹੋ ਜਿਹਾ ਹੋ ਗਿਆ ਕਿ ਅਸੀਂ ਇੱਥੋਂ ਤੱਕ ਕਿ ਅੱਜ ਕੱਲ੍ਹ ਦੇ ਬੱਚੇ ਨੇ ਜਿਹੜੇ ਉਹ ਆਪਣੇ ਮਾਪਿਆਂ ਦੀ ਕਹੀ ਗੱਲ ਨੂੰ ਵੀ ਨਹੀਂ ਸਹਾਰ ਸਕਦੇ, ਉਹਨਾਂ ਨੂੰ ਵੀ ਮੋੜਵਾਂ ਜਵਾਬ ਦੇ ਦਿੰਦੇ ਆ, ਮਾਪੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਦੁਬਾਰਾ ਉਸ ਚੀਜ਼ ਤੋਂ ਰੋਕਣ ਤੋਂ ਸਮਰੱਥ ਹੋ ਜਾਂਦੇ ਆ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਘੱਟਦੀਆਂ ਜਾਂਦੀਆਂ। ਨਿਮਰਤਾ ਸਭ ਤੋਂ ਵੱਡੀ ਜਿਹੜਾ ਇੱਕ ਸਾਡੀ ਜ਼ਿੰਦਗੀ ਨੂੰ ਸਮੂਥ ਚਲਾਉਣ ਦੇ ਲਈ, ਸੋਹਣਾ ਚਲਾਉਣ ਦੇ ਲਈ ਇੱਕ ਬਹੁਤ ਵੱਡਾ ਸਾਡੇ ਵਾਸਤੇ ਹਥਿਆਰ ਹੁੰਦਾ ਹੈ, ਜੇ ਸਿੱਖਿਆ ਦੇ ਨਾਲ ਨਾਲ ਸਾਨੂੰ ਮਿਲਦਾ ਰਹੇ, ਔਰ ਜੇ ਮਿਲਦਾ ਰਹੇ ਤਾਂ ਅਸੀਂ ਆਪਣੇ ਆਪ 'ਤੇ ਉਹਨੂੰ ਲਾਗੂ ਕਰਦੇ ਰਹੀਏ। ਬਿਲਕੁਲ। ਨਿਮਰਤਾ ਸਭ ਤੋਂ ਵੱਡੀ ਚੀਜ਼ ਹੈ, ਬਿਲਕੁਲ ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਕਿ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ, ਪਰ ਅਸੀਂ ਇਹਨੂੰ ਲਾਗੂ ਨਹੀਂ ਕਰ ਰਹੇ ਆਪਣੇ 'ਤੇ, ਸਾਡੇ ਬੱਚੇ ਇਸ ਵੱਲ ਧਿਆਨ ਨਹੀਂ ਦੇ ਰਹੇ, ਨਵੀਂ ਪੀੜ੍ਹੀ ਇਸ ਵੱਲ ਧਿਆਨ ਨਹੀਂ ਦੇ ਰਹੀ, ਤਾਂ ਇਹ ਕਿਤੇ ਨਾ ਕਿਤੇ ਇਹ ਇਸ ਚੀਜ਼ ਨੂੰ ਲਾਗੂ ਕਰਨ ਵਾਸਤੇ ਅਧਿਆਪਕਾਂ 'ਤੇ ਖਾਸ ਕਰਕੇ ਮਾਪਿਆਂ ਨੂੰ ਇਸ 'ਤੇ ਜਿਹੜਾ ਕੰਮ ਕਰਨਾ ਚਾਹੀਦਾ। ਬਿਲਕੁਲ। ਇਸ ਦੇ ਨਾਲ ਨਾਲ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਪਰਿਵਾਰ ਤੋਂ ਪਰਵਰਿਸ਼ ਜਿਹੜੀ ਬੱਚੇ ਦੀ ਚੱਲਦੀ ਹੈ, ਅਤੇ ਉੱਥੇ ਹੀ ਜੇਕਰ ਉਹ ਬੱਚੇ ਦੇ ਉੱਪਰ ਜੋ ਨੈਤਿਕ ਕਦਰਾਂ ਕੀਮਤਾਂ ਅਤੇ ਆਦਰਸ਼ਾਂ ਦਾ ਜਿਹੜਾ ਉਹਨੂੰ ਪਾਠ ਪੜ੍ਹਾਇਆ ਜਾਵੇ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ, ਕਿਉਂਕਿ ਜਿਹੜੀ ਗੈਰ ਰਸਮੀ ਸਿੱਖਿਆ ਇਹ ਜ਼ਿੰਦਗੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋੜੀਂਦੀ ਹੈ, ਜਦੋਂ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਬਿਲਕੁਲ ਇਸ ਤੋਂ ਲੋਕ ਮਨਫੀ ਹੋ ਰਹੇ ਨੇ। ਬਿਲਕੁਲ। ਔਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਸੇ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਫਿੱਕ ਪੈ ਰਹੀ ਹੈ, ਸਾਨੂੰ ਨਹੀਂ ਪਤਾ ਚੱਲਦਾ ਕਿ ਅਸੀਂ ਕਿਸੇ ਨੂੰ ਕੀ ਬੋਲਣਾ ਕੀ ਨਹੀਂ ਬੋਲਣਾ, ਸਹੀ ਸਮੇਂ 'ਤੇ ਸਹੀ ਗੱਲ ਕਰਨ ਦਾ ਨਹੀਂ ਸਾਨੂੰ ਪਤਾ ਹੈਗਾ। ਬਿਲਕੁਲ। ਅਸੀਂ ਇਹ ਨਹੀਂ ਪਤਾ ਕਿ ਕਿਹੜੀ ਘੜੀ ਦੇ ਵਿੱਚ ਕਿਹੜੀ ਗੱਲ ਕਹਿਣੀ ਹੈ ਕਿਸੇ ਨੂੰ, ਸਾਨੂੰ ਇਹ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਪਤਾ। ਇਸ ਦਾ ਕਾਰਨ ਇਹੀ ਹੈ ਕਿ ਅਸੀਂ ਆਪਣੇ ਜਿਹੜੇ ਸਮਾਜ ਦੇ ਪ੍ਰਤੀ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਆਦਰਸ਼ਾਂ ਦੀ ਜਿਹੜੀ ਅਸਲ ਦੇ ਵਿੱਚ ਉਹ ਚੀਜ਼ ਹੈਗੀ ਹੈ ਉਹ ਸਾਡੇ ਦਿਮਾਗ ਦੇ ਵਿੱਚ ਨਹੀਂ ਹੈਗੀ, ਉਹ ਸਾਨੂੰ ਸਿੱਖਿਆ ਕਿਸੇ ਪਾਸੋਂ ਨਹੀਂ ਮਿਲ ਰਹੀ। ਕਿਉਂਕਿ ਦੇਖਿਆ ਜਾਵੇ ਤਾਂ ਮਾਂ ਬਾਪ ਅੱਜ ਦੇ ਜਿਹੜੇ ਮਾਡਰਨ ਜਿਹੜੇ ਪੇਰੈਂਟਸ ਹੈਗੇ ਆ ਉਹ ਆਪਣੇ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਆ, ਬੱਚਿਆਂ ਦੇ ਲਈ ਜਿਹੜਾ ਟਾਈਮਿੰਗ ਨਹੀਂ ਕੱਢ ਪਾਉਂਦੇ, ਜਦੋਂ ਕਿ ਬੱਚਿਆਂ ਦੇ ਲਈ ਟਾਈਮਿੰਗ ਕੱਢਣਾ ਉਹਨਾਂ ਨੂੰ ਇਹ ਸਾਰੇ ਪਾਠ ਪੜ੍ਹਾਉਣੇ ਬਹੁਤ ਜ਼ਰੂਰੀ ਹੈ। ਜੇਕਰ ਜ਼ਿੰਦਗੀ ਦੇ ਵਿੱਚ ਅੱਗੇ ਅਸੀਂ ਉਹਨਾਂ ਨੂੰ ਭਾਵਨਾਤਮਕ ਜਿੱਦਾਂ ਕਿ ਮਨੁੱਖ ਭਾਵਨਾਵਾਂ ਦਾ ਹੈਗਾ ਗਾ ਬੰਦਾ ਉਸ ਤਰੀਕੇ ਨਾਲ ਜੋੜਨਾ ਚਾਹੁੰਦੇ ਹਾਂ, ਅਦਰਵਾਈਜ਼ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਇਨਸਾਨ ਅੱਜ ਦੇ ਟਾਈਮ ਇੱਕ ਰੋਬੋਟ ਤੋਂ ਘੱਟ ਨਹੀਂ ਹੈਗਾ, ਅਤੇ ਅੱਗੇ ਵੀ ਇਹੀ ਜਿਹੜਾ ਸਮਾਂ ਆਉਣ ਵਾਲਾ। ਬਿਲਕੁਲ, ਇਹ ਬਿਲਕੁਲ ਠੀਕ ਹੈ ਕਿ ਸਮਾਂ ਜਿਹੜਾ ਖਾਸ ਕਰਕੇ ਆਪਾਂ ਮਾਪਿਆਂ 'ਤੇ ਕਿਉਂ ਜ਼ੋਰ ਦੇ ਰਹੇ ਹਾਂ, ਕਿਉਂਕਿ ਇਹਦੀ ਸ਼ੁਰੂਆਤ ਮਾਪਿਆਂ ਤੋਂ ਹੈ, ਔਰ ਅੱਜ ਕੱਲ੍ਹ ਸਾਡੀ ਜ਼ਿੰਦਗੀ ਦੇ ਵਿੱਚ ਦੌੜ ਇੰਨੀ ਵੱਧ ਗਈ ਮਨਦੀਪ ਕਿ ਅਸੀਂ ਆਪਣੇ ਲਈ ਸਮਾਂ ਨਹੀਂ ਕੱਢ ਸਕਦੇ, ਬੱਚਿਆਂ ਲਈ ਕਿੱਥੋਂ ਕੱਢਾਂਗੇ, ਸਾਡੇ ਕੋਲ ਆਪਣੇ ਖੁਦ ਲਈ ਸਮਾਂ ਨਹੀਂ ਹੈਗਾ ਕਿ ਅਸੀਂ ਆਪਣੇ ਜਿਹੜੇ ਕੰਮਕਾਰ ਆ ਉਹਨਾਂ ਨੂੰ ਥੋੜ੍ਹਾ ਸੰਕੋਚ ਕੇ ਥੋੜ੍ਹੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰੀਏ, ਇਹ ਚੀਜ਼ ਵੀ ਸਾਡੇ ਵਿੱਚ ਨਹੀਂ ਅੱਜ ਕੱਲ੍ਹ, ਸਮਾਂ ਬਹੁਤ ਘੱਟ ਗਿਆ, ਔਰ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਉਣ ਦੇ ਲਈ ਸਮੇਂ ਦੀ ਬਹੁਤ ਵੱਡੀ ਲੋੜ ਹੈ। ਬੱਚੇ ਆਪਣੇ ਸਕੂਲ ਦੇ ਵਿੱਚ ਜਾਂਦੇ, ਆਪਾਂ ਸਵੇਰੇ ਇਹਨਾਂ ਨੂੰ ਭੇਜਦੇ ਹਾਂ, ਬੱਚੇ ਪਹਿਲੀ ਗੱਲ ਤਾਂ ਉਹਨਾਂ ਨੇ ਅੱਜ ਕੱਲ੍ਹ ਵਰਕ ਲੋਡ ਹੀ ਇੰਨਾ ਮਨਦੀਪ ਬੱਚਿਆਂ ਨੂੰ ਵੀ ਕਿ ਉਹ ਆਪਣੇ ਆਪ ਨੂੰ ਸਕੂਲ 'ਚੋਂ ਕੱਢ ਕੇ ਉਸ ਤੋਂ ਬਾਅਦ ਹੋਮਵਰਕ 'ਚੋਂ ਨਹੀਂ ਕੱਢ ਪਾਉਂਦੇ, ਔਰ ਉਸ ਤੋਂ ਬਾਅਦ ਮਾਪੇ ਇੰਨੇ ਕੁ ਬਿਜ਼ੀ ਨੇ ਕਿ ਉਹ ਆਪਣੇ ਕੰਮਾਂ ਕਾਰਾਂ 'ਚ ਇੰਨੇ ਰੁੱਝੇ ਹੋਏ ਆ ਕਿ ਬੱਚਿਆਂ ਨਾਲ ਰਸਮੀ ਵਿੱਦਿਆ ਤੋਂ ਬਾਹਰ ਆਉਣ ਦੀ ਉਹਨਾਂ ਨੂੰ ਸਮਾਂ ਹੀ ਨਹੀਂ ਮਿਲਦਾ ਕਿ ਅਸੀਂ ਇਹਨਾਂ ਨੂੰ ਕੁਛ ਚੀਜ਼ਾਂ ਹੋਰ ਸਿਖਾ ਲਈਏ, ਪਰ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਸਮਾਂ ਕੱਢਣਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਲਈ,
ਖਾਸ ਕਰਕੇ ਅੱਜ ਦੇ ਟਾਈਮ ਲਈ ਖਾਸ ਕਰਕੇ ਜੋ ਸਮਾਜ ਵਿੱਚ ਜਿੰਨੀਆਂ ਕੁਰੀਤੀਆਂ ਆ ਰਹੀਆਂ ਕੁਰੀਤੀਆਂ ਨੇ ਸਾਡੇ ਉੱਤੇ ਇੱਕ ਜਾਲ ਪਾਇਆ ਹੋਇਆ, ਜਿੰਨਾ ਸਮਾਜਿਕ ਢਾਂਚਾ ਵਿਗੜਦਾ ਜਾਂਦਾ, ਇਹਨੂੰ ਸੰਭਾਲਣਾ ਸਾਡੀ ਆਉਣ ਵਾਲੀ ਪੀੜ੍ਹੀ ਦੇ ਹੱਥ ਵਿੱਚ ਹੀ ਹੈ, ਅਤੇ ਜੇ ਅਸੀਂ ਉਹਨਾਂ ਨੂੰ ਚੰਗੀ ਸਿੱਖਿਆ ਦੇਵਾਂਗੇ ਤਾਂ ਹੀ ਸਾਡਾ ਆਉਣ ਵਾਲਾ ਜਿਹੜਾ ਸਮਾਂ ਉਹ ਠੀਕ ਹੋ ਸਕਦਾ ਹੈ। ਜੀ ਬਿਲਕੁਲ, ਇਸੇ ਲਈ ਦਰਸ਼ਕੋ ਕਹਿੰਦੇ ਆ ਕਿ ਚਰਿੱਤਰ ਹੈ ਜਿਹੜਾ ਆਚਰਣ ਹੈਗਾ, ਚਰਿੱਤਰ ਦਾ ਆਧਾਰ ਹੈ। ਪਹਿਲਾਂ ਸਾਡਾ ਆਚਰਣ ਤਿਆਰ ਹੋਵੇਗਾ ਸਾਡੇ ਪਰਿਵਾਰ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਉਸ ਤੋਂ ਬਾਅਦ ਸਾਡਾ ਚਰਿੱਤਰ ਕਿਸ ਤਰ੍ਹਾਂ ਦਾ ਇਹ ਦੇਖਿਆ ਜਾਵੇਗਾ ਕਿ ਹਾਂ ਇਹ ਇਨਸਾਨ ਇਸ ਚਰਿੱਤਰ ਦਾ, ਇਸ ਇਨਸਾਨ ਦਾ ਚਰਿੱਤਰ ਇਸ ਤਰ੍ਹਾਂ ਦਾ ਹੈਗਾ ਗਾ। ਸੋ ਅੱਜ ਸਿੱਖਿਆ ਰਾਹੀਂ ਆਚਰਣ ਦਾ ਨਿਰਮਾਣ ਇਹ ਵਿਸ਼ਾ, ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪਸੰਦ ਆਇਆ ਹੋਵੇਗਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਅੱਜ ਤੁਹਾਡੇ ਨਾਲ ਦਿਲ ਦੀਆਂ ਸਾਂਝੀਆਂ ਕੀਤੀਆਂ। ਔਰ ਇਸੇ ਉਮੀਦ ਦੇ ਨਾਲ ਮਿਲਦੇ ਹਾਂ ਜੀ ਵਿਜ਼ਨ ਸਵੇਰਾ ਪ੍ਰੋਗਰਾਮ ਦੇ ਅਗਲੇ ਸਫ਼ਰ 'ਤੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀ ਵੀ, ਅਤੇ ਮਿਲਦੇ ਹਾਂ ਜੀ ਅਗਲੇ ਸਫ਼ਰ 'ਤੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।